entertainment ਇਸ ਕੋਰੋਨਾ ਵਾਇਰਸ ਦੇ ਚੱਲਦੇ ਆ ਇਸ ਲਾਕਡਾਊਨ ਦੇ ਚੱਲਦੇ ਆ ਐਂਟਰਟੇਨਮੈਂਟ ਇੱਕ ਅਜੀਹਾ ਸਾਧਨ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਵਿਅਸਤ ਰੱਖਿਆ ਹੋਇਆ ਅਸੀਂ ਸਾਰੇ ਐਂਟਰਟੇਨ ਹੋ ਰਹੇ ਹਾਂ ਘਰੇ ਬੈਠ ਕੇ ਕਦੇ YouTube ਇੰਜੋਏ ਕਰਕੇ ਕਦੇ Netflix ਤੇ ਮੂਵੀਜ਼ ਇੰਜੋਏ ਕਰਕੇ ਤੇ ਕਦੇ Amazon Prime ਤੇ ਮੂਵੀਜ਼ ਇੰਜੋਏ ਕਰਕੇ ਤੋਂ ਨੂੰ ਮੈਂ ਦੱਸ ਦਵਾ ਕਿ ਇਹਨਾਂ ਸਾਰਿਆਂ ਨੇ ਸਾਡੀ ਇਸ ਲੌਕਡਾਊਨ ਦੇ ਚੱਲਦਿਆਂ ਬੇहद ਹੈਲਪ ਕੀਤੀ ਹੈ ਪਰ ਇੱਥੇ ਇੱਕ ਗੱਲ ਇਹ ਵੀ ਹੈ ਕਿ ਅਸੀਂ ਸਾਰੇ ਸਿਨੇਮਾ ਹਾਲਸ ਦੇ ਵਿੱਚ ਨਹੀਂ ਜਾ پا ਰਹੇ ਤੇ ਨਾ ਹੀ ਨਵੀਆਂ ਮੂਵੀਜ਼ ਨੂੰ ਇੰਜੋਏ ਕਰ پا ਰਹੇ ਹਾਂ ਪਰ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੁੱਡ ਨਿਊਜ਼ ਦੇ ਦਵਾਂ ਕਿ ਅਸੀਂ ਜਲਦ ਹੀ ਇੱਕ ਨਵੀਂ ਮੂਵੀ ਨੂੰ ਇੰਜੋਏ ਕਰ ਪਾਵਾਂਗੇ ਉਹ ਵੀ ਘਰੇ ਬੈਠ ਕੇ Amazon Prime ਤੇ ਜੀ ਹਾਂ Amazon Prime ਵੱਲੋਂ ਇੱਕ ਨਵੀਂ ਮੂਵੀ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਮੂਵੀ ਦਾ ਟਾਈਟਲ ਹੈ ਗੁਲਾਬੋ ਸਤਾਬੋ ਜੀ ਹਾਂ ਅਮਿਤਾਬ ਬੱਚਨ ਐਂਡ ਆਇਸ਼ਮਾਨ ਖੁਰਾਨਾ ਦੀ ਅਪਕਮਿੰਗ ਆਉਣ ਵਾਲੀ ਮੂਵੀ ਦਾ ਟਾਈਟਲ ਸੀ ਗੁਲਾਬੋ ਸਤਾਬੋ ਜੋ ਕਿ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਐਂਡ ਲਾਕਡਾਊਨ ਦੇ ਚੱਲਦਿਆਂ ਰਿਲੀਜ਼ ਨਹੀਂ ਹੋਈ ਸੀ ਤੇ ਹੁਣ ਉਹ Amazon Prime Videos ਤੇ ਰਿਲੀਜ਼ ਹੋਵੇਗੀ 12 ਜੂਨ ਨੂੰ ਜੀ ਹਾਂ 12 ਜੂਨ ਨੂੰ ਇਸ ਮੂਵੀ ਦਾ ਵਰਲਡ ਪ੍ਰੀਮੀਅਰ ਹੋਵੇਗਾ Amazon Prime ਤੇ ਤੇ ਆਈ ਐਮ ਸ਼ੋਰ ਕਿ ਤੁਸੀਂ ਸਾਰੇ ਇਸ ਮੂਵੀ ਨੂੰ ਜ਼ਰੂਰ ਦੇਖਣ ਵਾਲੇ ਹੋ ਕਿਉਂਕਿ ਇਸ ਮੂਵੀ ਵਿੱਚ ਸਾਨੂੰ ਅਮਿਤਾਭ ਬੱਚਨ ਦਾ ਕਰੈਕਟਰ ਕਾਫੀ ਡਿਫਰੈਂਟ ਲੱਗ ਰਿਹਾ ਹੈ ਅਮਿਤਾਭ ਬੱਚਨ ਵੱਲੋਂ ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕਿਹਾ ਗਿਆ ਇੱਕ ਇੱਜ਼ਤਦਾਰ ਜਨਾਬ ਔਰ ਉਸਕੇ ਅਨੋਖੇ ਕਿਰਾਏਦਾਰ ਦੀ ਕਹਾਣੀ ਗੁਲਾਬੋ ਸਿਤਾਬੋ ਪ੍ਰੀਮੀਅਰ ਜੂਨ 12 ਓਨਲੀ ਓਨ ਪ੍ਰਾਈਮ ਵੀਡੀਓ ਐਂਡ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਕਿ ਮੇਰੇ ਬੱਚਨ ਵੱਲੋਂ ਗੁਲਾਬੋ ਸਤਾਬੋ ਮੂਵੀ ਦੇ ਸੈੱਟ ਦੌਰਾਨ ਦੀਆਂ ਕੁਝ ਪਿਕਚਰਸ ਸਾਡੇ ਨਾਲ ਸ਼ੇਅਰ ਕੀਤੀਆਂ ਗਈਆਂ ਤੇ ਉਹਨਾਂ ਪਿਕਚਰਸ ਨੂੰ ਸ਼ੇਅਰ ਕਰਦੇ ਹੋਏ ਆ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਜੁਆਇੰਟ ਫਿਲਮ ਇੰਡਸਟਰੀ 1969 ਨਾਊ ਇਨ 2020 ਇਟਸ 51 ইয়ার্স ଡ్యూరింగ్ ધીસ ਫਾਰਮਿਡੇਬਲ ਪੀਰੀਅਡ ਸੀਨ ਮੈਨੀ ਚੇਂਜੇਸ ਐਂਡ ਚੈਲੰਜੇਸ ਨਾਊ ਅਨਦਰ ਚੈਲੰਜ ਡਿਜੀਟਲ ਰੀਲੀਜ਼ ਆਫ ਮਾਈ ਫਿਲਮ ਗੁਲਾਬੋ ਸਤਾਬੋ ਜੂਨ 12 ਆਨ ਯੂਰ ਐਮਾਜ਼ਾਨ ਪ੍ਰਾਈਮ ਵਰਲਡਵਾਈਡ 200 ਪਲਸ ਕੰਟਰੀਜ਼ ਥੈਟ ਇਜ਼ ਅਮ ਆਨਰਡ ਟੂ ਬੀ ਪਾਰਟ ਆਫ ਯੈਟ ਅਨਦਰ ਚੈਲੰਜ ਇਸ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਹੈ ਸ਼ੂਟ ਚੀਤ ਸਰਕਾਰ ਵੱਲੋਂ ਤੇ ਉੱਥੇ ਹੀ ਪ੍ਰੋਡਿਊਸ ਕੀਤਾ ਗਿਆ ਹੈ ਰੌਨ ਨੀ ਲਾਹਿਰੀ ਐਂਡ ਸ਼ੀਲ ਕੁਮਾਰ ਵੱਲੋਂ ਤੁਹਾਨੂੰ ਦੱਸ ਦੇ ਕਿ ਇਸ ਮੂਵੀ ਨੂੰ ਲਿਖਿਆ ਗਿਆ ਹੈ ਜੂਹੀ ਚਤੁਰਵੇਦੀ ਵੱਲੋਂ ਇਸ ਮੂਵੀ ਬਚਨ ਨਜ਼ਰ ਆਉਣ ਵਾਲੀ ਨੇ ਅਮਿਤਾਬ ਬੱਚਨ ਐਂਡ ਆਇਸ਼ਮਾਨ ਖੁਰਾਨਾ ਤੇ ਆਈ ਏਮ ਸ਼ੋਰ ਕਿ ਮੂਵੀ ਸੁਪਰ ਹਿਟ ਜਾਣ ਵਾਲੀ ਹੈ ਅਸੀਂ ਹੁਣ ਤੱਕ ਬਹੁਤ ਸਾਰੀਆਂ ਮੂਵੀਆਂ ਇੰਜੋਏ ਕਰ ਚੁੱਕੇ ਹਾਂ ਅਮਿਤਾਬ ਬੱਚਨ ਦੀਆਂ ਜੋ ਕਿ ਕਾਊਂਟਲੈਸ ਨੇ ਤੇ ਉਦੋਂ ਹੀ ਆਇਸ਼ਮਾਨ ਖੁਰਾਨਾ ਦੀਆਂ ਵੀ ਅਸੀਂ ਬਹੁਤ ਸਾਰੀਆਂ ਮੂਵੀਆਂ ਨੂੰ ਇੰਜੋਏ ਕੀਤਾ ਤੇ ਆਈ ਏਮ ਸ਼ੋਰ ਕਿ ਇਹਨਾਂ ਦੋਨਾਂ ਦੀ ਇਕੱਠਿਆਂ ਦੀ ਮੂਵੀ ਵੀ ਸਾਨੂੰ ਸਾਰਿਆਂ ਨੂੰ ਖੂਬ ਐਂਟਰਟੇਨ ਕਰੇਗੀ ਤੇ ਅਸੀਂ ਸਾਰੇ ਇਸ ਮੂਵੀ ਨੂੰ ਵੀ ਖੂਬ ਪਸੰਦ ਕਰਾਂਗੇ ਬਾਕੀ ਤੁਸੀਂ ਸਾਰੇ ਕਿੰਨੇ ਕਿ ਐਕਸਾਈਟਡ ਹੋ ਚੁੱਕੇ ਹੋ ਇਸ ਮੂਵੀ ਨੂੰ ਦੇਖਣ ਲਈ Amazon Prime ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com ਪ੍ਰੈਸ ਦਾ ਬੈਲ ਆਈਕਨ ਟੂ ਨੈਵਰ ਮਿਸ ਅ ਵੀਡੀਓ ਫਰਮ ਗਬਰੂ